ਹੈਡ ਆਫ ਦਾ ਹਾਊਸ ਵੱਲੋਂ ਹਾਊਸ ਦੇ ਵਿੱਚ ਸਪੀਕਰ ਨੂੰ ਪ੍ਰੈਜੈਂਟ ਕੀਤਾ ਗਿਆ ਹੋਊਗਾ। ਮੈਂ ਸੈਕਟਰੀ ਸਾਹਿਬ ਨੂੰ ਬੇਨਤੀ ਕਰੂੰਗਾ ਤੱਕ ਪਹੁੰਚਾਓ। ਸਪੀਕਰ ਸਾਹਿਬ ਤੱਕ ਪਹੁੰਚਾ ਲਓ ਜੀ ਪਲੀਜ਼। ਮੈਂ ਚਾਹੂੰਗਾ ਕਿ ਇਹਨੂੰ ਕੈਮਰੇ ਚੱਲ ਰਹੇ ਨੇ ਪਬਲਿਕ ਦੇ ਸਾਹਮਣੇ ਖੋਲਿਆ ਜਾਵੇ। ਕੀ ਹੈ ਜੀ ਇਹ ਤਾਂ ਲੌਕ ਹੈ ਜੀ, ਚਾਬੀਆਂ ਤਾਲਾ ਜਿਹਨੂੰ ਜਿੰਦਰਾ ਵੀ ਕਹਿ ਦਿੰਦੇ ਤਾਲਾ ਜਿੰਦਾ ਜੀ ਜਿੰਦਾ ਨਾਲ ਚਾਬੀਆਂ ਜੀ ਚਾਬੀਆਂ ਵੀ ਨੇ ਨਾਲ ਤੁਸੀਂ ਕਸਟੋਡੀਅਨ ਹੋ ਚਾਬੀਆਂ ਤੁਹਾਡੇ ਕੋਲ ਹੀ ਨੇ। ਇਹ ਕਾਹਦੇ ਵਾਸਤੇ ਹੈ ਜੀ ਇਹ? ਮੈਂ ਗਵਰਨਰ ਐਡਰੈਸ ਤੇ ਬੋਲੂੰਗਾ ਹੁਣ, ਕਿਉਂਕਿ ਉਸ ਦਿਨ ਗਵਰਨਰ ਐਡਰੈਸ ਤੇ ਬੋਲਣ ਨਹੀਂ ਦਿੱਤਾ ਗਿਆ ਗਵਰਨਰ ਨੂੰ, ਕਿਉਂਕਿ ਉਹਦੇ ਵਿੱਚ ਸੱਚ ਲਿਖਿਆ ਹੋਇਆ ਸੀ ਤੇ ਸੱਚ ਹੀ ਮੈਂ ਬੋਲੂੰਗਾ। ਤਾਂ ਮੇਰੇ ਸਾਹਮਣੇ ਬੈਠੇ ਮੇਰੇ ਵਿਪਕਸ਼ ਦੇ ਸਾਥੀਆਂ ਤੋਂ ਬਰਦਾਸ਼ਤ ਨਹੀਂ ਹੋਣਾ ਇਹ ਸੱਚ। ਉਹ ਫਿਰ ਕੀ ਕਰਨਗੇ, ਸੱਚ ਸੁਣਦੇ ਸੁਣਦੇ ਥੋੜੀ ਦੇਰ ਬਾਅਦ ਮੁਰਦਾਬਾਦ ਕਰਕੇ ਨਾ ਉਧਰ ਦੀ ਬਾਹਰ ਨੂੰ ਭੱਜਣਗੇ। ਮੈਂ ਚਾਹੁੰਦਾ ਇਹ ਜਿੰਦਾ ਅੰਦਰ ਲਾ ਦਿੱਤਾ ਜਾਵੇ ਤਾਂ ਕਿ ਵਿਪਕਸ਼ ਇੱਥੇ ਬੈਠਾ ਰਹੇ ਤੇ ਸੁਣੇ, ਉਹ ਭੱਜੇ ਨਾ। ਆਮ ਤੌਰ ਤੇ ਕੀ ਹੁੰਦਾ, ਇਲਜ਼ਾਮ ਲੱਗਦਾ ਸੱਤਾਧਾਰੀਆਂ ਤੇ ਕਿ ਵਿਰੋਧੀਆਂ ਨੂੰ ਚੱਕ ਕੇ ਬਾਹਰ ਮਾਰਦੇ ਆ। ਇਹ ਪਹਿਲੀ ਵਾਰ ਹੋ ਰਿਹਾ ਕਿ ਮੈਂ ਤੁਹਾਨੂੰ ਲੋਕ ਗਿਫਟ ਕਰ ਰਿਹਾ ਕਿ ਵਿਰੋਧੀਆਂ ਨੂੰ ਬਾਹਰ ਨਹੀਂ ਕੱਢਣਾ, ਇੱਥੇ ਬਹਿ ਕੇ ਸੁਣਨ ਉਹ ਸੱਚ ਸੁਣਿਓ। ਇਹ ਤੁਹਾਡੀ ਮਰਜ਼ੀ ਹੈ ਜਿੰਦਾ ਕਦੋਂ ਲਾਉਣਾ। ਮੈਂ ਤੁਸੀਂ ਫਿਕਰ ਨਾ ਕਰੋ, ਫਿਕਰ ਨਾ, ਇੱਕ ਮਿੰਟ ਬੈਠੋ। ਐਸੇ ਕਰਕੇ ਜਿੰਦਾ ਲਾਉਣਾ, ਇਹ ਬਹਾਨਾ ਲੱਭ ਕੇ ਭੱਜਣਗੇ ਹੁਣ। ਮੈਂ ਇਹ ਤਵੱਕੋ ਕਰਦਾ ਕਿ ਜਿਹੜਾ ਵਿਪਕਸ਼ ਹੈ ਉਹ ਵੀ ਜਿੰਮੇਵਾਰੀ ਨਾਲ, ਕਿਉਂਕਿ ਇੱਥੇ ਸੁਣਨ ਲਈ ਬਹਿਸ ਕਰਨ ਲਈ ਭੇਜਿਆ ਗਿਆ, ਉਹ ਇੱਥੇ ਬਹਿ ਕੇ ਸੁਣਨਗੇ। ਮੈਂ ਤਵੱਕੋ ਕਰਾਂ ਜੀ ਮੁੱਖ ਮੰਤਰੀ ਸਾਹਿਬ, ਜਦੋਂ ਇੱਕ ਜੀ ਮੁੱਖ ਮੰਤਰੀ ਸਾਹਿਬ ਜੀ ਸਰ ਮੈਂ ਇੱਕ ਹੋਰ ਦੇਵਾਂ, ਇੱਕ ਹੋਰ ਦੇ ਦੇਣਾ, ਇਹਨੇ ਜੀਭ ਤੇ ਲਾ ਦੋ, ਬੋਲਣੀ ਨਹੀਂ ਦਿੰਦੇ ਕਿਸੇ ਨੂੰ। ਮੇਰੀ ਵਾਰੀ ਹੈ, ਜਦੋਂ ਤੁਹਾਡੀ ਵਾਰੀ ਆਈ ਤਾਂ ਬੋਲ ਪਿਓ। ਹਾਂ ਤਰੀਕਾ ਤੁਸੀਂ ਇੱਥੇ ਠੀਕ ਆਉਣਾ, ਮੁੱਖ ਮੰਤਰੀ ਸਾਹਿਬ ਨੂੰ ਬੋਲੋ, ਉਹ ਕਸਟੋਡੀਅਨ ਆਫ ਦਾ ਹਾਊਸ ਨੇ। ਚਲੋ ਫਿਰ ਤੁਸੀਂ ਬੈਠੋ ਜੀ, ਸਪੀਕਰ ਸਾਹਿਬ ਤੁਸੀਂ ਬੈਠੋ, ਉਹਨਾਂ ਦੀ ਗੱਲ ਆ ਗਈ ਹੈ। ਇਹ ਆਪਦੀ ਗੱਲ ਕਹਿ ਕੇ ਭੱਜ, ਮੁੱਖ ਮੰਤਰੀ ਸਾਹਿਬ ਬੋਲੋ, ਬੋਲੋ ਜੀ। ਤੇ ਉਹੀ ਗੋਲੀਆਂ ਤਾਂ ਡੇਢ ਸਾਲ ਉਦੋਂ ਵੀ ਚੱਲੀਆਂ ਜਦੋਂ ਕੈਪਟਨ ਦੀ ਸਰਕਾਰ ਸੀ, ਡੇਢ ਸਾਲ ਉਦੋਂ ਵੀ ਚੱਲੀਆਂ ਸੀ, ਤੇ ਉਦੋਂ ਤੁਸੀਂ ਕਿੰਨੀਆਂ ਚਿੱਠੀਆਂ ਲਿਖੀਆਂ ਸੀ ਤੜਕਾ ਲਾਉਂਦਾ ਸੀ ਕੈਪਟਨ ਦੇ ਘਰੇ ਜਾ ਕੇ, ਮੀਟ ਨੂੰ ਤੜਕਾ ਲਾਉਂਦਾ ਸੀ, ਤੇ ਕਦੇ ਕਿਸਾਨਾਂ ਬਾਰੇ ਗੱਲ ਕੀਤੀ, ਕਦੇ ਉਦੋਂ ਡੇਢ ਸਾਲ 726 ਮਰਵਾ ਦੇ, ਕਦੇ ਸ਼ਰਧਾਂਜਲੀ ਦਵਾਈ 726 ਨੂੰ।
ਸੀਐਮ ਸਾਹਿਬ ਚੇਅਰ ਨੂੰ ਅਡਰੈਸ ਕਰਨਗੇ। ਚੇਅਰ ਨੂੰ ਬੈਠੋ ਜੀ, ਬਾਜਵਾ ਸਾਹਿਬ ਬੈਠੋ, ਬੈਠੋ, ਚਲੋ ਚਲੋ ਜਿੰਦਾ ਰਹੋ ਸਰ। ਮਾਰਸ਼ਲ ਇਹ ਭੱਜਣਗੇ, ਇਹ ਭੱਜਣਗੇ, ਹੁਣ ਭੱਜਣਗੇ, ਇਹ ਭੱਜਣਗੇ ਹੁਣ, ਤੁਸੀਂ ਭੱਜੋ, ਬੈਠੋ ਬੈਠੋ ਬੈਠੋ, ਬੈਠਾ ਜੀ ਬੈਠੋ 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 ਜੀ। ਸੀਐਮ ਸਾਹਿਬ ਕੰਟੀਨਿਊ ਕਰੋ ਜੀ। ਉਹ ਪਤਾ ਲੱਗ ਜੂਗਾ, ਪਤਾ ਲੱਗ ਜੂ। ਉਹ ਸੋਨੇ ਦੇ ਬਿਸਕਟਾਂ ਲਿਓ, ਸੋਨੇ ਦੇ ਬਿਸਕਟਾਂ ਲਿਓ। ਚਲੋ ਗੱਲ ਕਰਦੇ ਆ, ਬੈਠੋ। ਹਾਂਜੀ ਤੁਸੀਂ ਭੱਜ ਜਾਂਦੇ ਹੋ, ਤੁਸੀਂ ਭੱਜ ਜਾਂਦੇ ਹੋ, ਤੁਸੀਂ ਗਵਰਨਰ ਦਾ ਭਾਸ਼ਣ ਨਹੀਂ ਦੇਣ ਦਿੱਤਾ, ਤੁਸੀਂ ਭੱਜ ਜਾਂਦੇ ਹੋ, ਤੁਸੀਂ ਆਪ ਬੋਲ ਕੇ ਭੱਜ ਜਾਂਦੇ ਹੋ। ਇੱਧਰ ਵੀ ਲਓ, ਇੱਧਰ ਵੀ ਲਓ। ਹਾਂਜੀ ਸਪੀਕਰ ਸਾਹਿਬ ਇੱਧਰ ਵੀ ਲਓ, ਇੱਧਰ ਵੀ ਲਓ। ਮੈਂ ਕਹਿੰਦਾ ਇੱਧਰ ਵੀ ਲਓ, ਸਾਡਾ ਵੀ ਨਹੀਂ ਕੁਝ ਜਾਂਦਾ। ਬਹਿ ਕੇ ਸੁਣੋ, ਬਹਿ ਕੇ ਸੁਣੋ। ਅਬਲ ਖੁਰਾਣੇ ਦੀਆਂ, ਅਬਲ ਖੁਰਾਣੇ ਦੀਆਂ ਫਾਈਲਾਂ ਪਈਆਂ ਮੇਰੇ ਕੋਲੇ, ਅਬਲ ਖੁਰਾਣੇ ਦੀਆਂ ਫਾਈਲਾਂ ਪਈਆਂ, ਅਬਲ ਖੁਰਾਣੇ ਦੀਆਂ ਫਾਈਲਾਂ ਪਈਆਂ। ਬੈਠੋ ਬੈਠੋ ਸਪੀਕਰ ਸਾਹਿਬ, ਸਪੀਕਰ ਸਾਹਿਬ ਬੋਲਣ ਬੋਲਣ। ਸਾਰੇ ਮਾਣਯੋਗ ਮੈਂਬਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਆਪਣੀਆਂ ਆਪਣੀਆਂ ਸੀਟਾਂ ਤੇ ਬੈਠਣ। ਤੁਹਾਡੀ ਵਾਰੀ ਆਈ, ਤੁਸੀਂ ਬੋਲ ਬੋਲਣ ਕਿਉਂ ਨਹੀਂ ਦਿੰਦੇ? ਸਾਰੇ ਮਾਣਯੋਗ ਵਿਧਾਇਕ ਸਭਾ ਨੂੰ ਬੇਨਤੀ ਕੀਤੀ ਜਾਂਦੀ ਹੈ ਆਪਣੀਆਂ ਆਪਣੀਆਂ ਸੀਟਾਂ ਤੇ ਬੈਠਣ। ਬੈਠੋ 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 ਜੀ, ਬੈਠੋ 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 ਬੈਠੋ। ਨੋ ਨੋ ਨੋ, ਬੈਠੋ ਬੈਠੋ, ਤੁਸੀਂ ਬੈਠੋ ਬੈਠੋ ਬੈਠੋ। ਜਦੋਂ ਬੋਲੇ ਵਾਰੀ ਆਊਗੀ ਉਹਦਾ ਬੋਲੋ। ਸੀਐਮ ਸਾਹਿਬ ਬੋਲ ਰਹੇ, ਸਪੀਕਰ ਸਾਹਿਬ, ਸਪੀਕਰ ਸਾਹਿਬ ਮਟੀਰੀਅਲ ਆ ਗਿਆ ਫਲਾਨਾ, ਆਹ ਮਟੀਰੀਅਲ ਸਾਡਾ। ਬੈਠੋ ਤੁਸੀਂ, ਜੋ ਵੀ ਕੁਝ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ। ਹਾਂਜੀ ਜੀ, ਕਿਉਂਕਿ ਕਿਉਂਕਿ ਤੁਸੀਂ ਭੱਜਦੇ ਹੋ, ਕਿਉਂਕਿ ਤੁਸੀਂ ਭੱਜਦੇ ਹੋ। ਤੁਹਾਨੂੰ ਲੋਕਾਂ ਨੇ ਭੱਜਣ ਵਾਸਤੇ ਜਾਂ ਤੁਹਾਨੂੰ ਲੋਕਾਂ ਨੇ ਭੱਜਣ ਵਾਸਤੇ ਨਹੀਂ ਭੇਜਿਆ, ਇੱਥੇ ਬੈਠਣ ਵਾਸਤੇ ਭੇਜਿਆ। ਲੋਕਤੰਤਰ ਚ ਵਿਪਕਸ਼ ਹੋਵੇ ਤਾਂ ਲੋਕਤੰਤਰ ਹੈ, ਤੁਹਾਨੂੰ ਲੋਕਾਂ ਨੇ ਭੱਜਣ ਵਾਸਤੇ ਨਹੀਂ ਭੇਜਿਆ। ਹਾਂਜੀ ਬੈਠੋ, ਫਿਰ ਬੈਠੋ 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 ਬੈਠੋ। ਮੇਰੀ ਵਾਰੀ ਹੈ, ਮੇਰੀ ਵਾਰੀ ਹੈ। ਮਾਨਯੋਗ ਮੁੱਖ ਮੰਤਰੀ ਸਾਹਿਬ, ਮੈਂ ਸਾਰੇ ਮਾਨਯੋਗ ਮੈਂਬਰ ਸਭਾ ਨੂੰ ਬੇਨਤੀ ਕਰਦਾ ਇੱਕ ਵਾਰ ਆਪਣੀ ਸੀਟਾਂ ਤੇ ਬੈਠਣ ਜੀ। ਬੈਠੋ ਜੀ ਬੈਠੋ 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 ਜੀ ਬੈਠੋ, ਤੁਸੀਂ ਸਾਰੇ ਮਾਨਯੋਗ ਮੈਂਬਰ ਬੈਠੋ। ਸਾਹਿਬ ਲੁੱਟਦੀ ਗੱਲ ਤੁਸੀਂ ਕਰ ਰਹੇ ਹੋ। ਸੀਐਮ ਸੀਐਮ ਸਾਹਿਬ, ਨਹੀਂ 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 ਨਹੀਂ, ਅਬਲ ਖੁਰਾਣੇ ਤੋਂ ਲੈ ਕੇ ਸਾਰੇ ਸਾਥੀ ਸਾਰੇ ਵਿਧਾਨ ਸਭਾ ਚੇਅਰ ਨੂੰ ਅਡਰੈਸ ਕਰ। ਗੱਲਾਂ ਤੁਸੀਂ ਕਰਦੇ ਹੋ ਨਾ, ਲੁੱਟ ਤੁਹਾਡੇ ਮੂੰਹੋਂ ਲੁੱਟ ਊਂ ਚੰਗੀ ਲੱਗਦੀ ਹੈ, ਪਰ ਮੁੱਖ ਮੰਤਰੀ ਸਾਹਿਬ ਮੈਂ ਕਰੂੰਗਾ ਜੀ, ਪਰ ਬੈਠੋ ਤਾਂ ਸਹੀ, ਪਹਿਲਾਂ ਸੁਣੋ। ਮੁੱਖ ਮੰਤਰੀ ਸਾਹਿਬ ਬੋਲ ਰਹੇ ਜੀ, ਸੁਣੋ ਮੁੱਖ ਮੰਤਰੀ ਸਾਹਿਬ, ਚੇਅਰ ਨੂੰ ਅਡਰੈਸ ਕਰੋ ਜੀ। ਮੁੱਖ ਮੰਤਰੀ ਸਾਹਿਬ ਤੁਸੀਂ ਆਪਣੀ ਗੱਲ ਜਾਰੀ ਰੱਖੋ ਜੀ। ਉਹ ਜਿੰਦਰਾ ਤਾਂ ਲੱਗੂਗਾ ਜੇ ਤੁਸੀਂ ਭੱਜੇ, ਜੇ ਤੁਸੀਂ ਨਹੀਂ ਭੱਜਦੇ ਜਿੰਦਰਾ ਨਹੀਂ ਲੱਗੂਗਾ। ਬੈਠੋ ਬੈਠੋ ਬੈਠੋ। ਸੀਐਮ ਸਾਹਿਬ, ਸੀਐਮ ਸਾਹਿਬ, ਸਪੀਕਰ ਸਾਹਿਬ ਬਿਠਾ। ਮੈਂ ਸਾਰੇ ਮਾਨਯੋਗ ਮੈਂਬਰ ਸਭਾ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਸੀਟਾਂ ਤੇ ਬਿਰਾਜਮਾਨ ਹੋਣ, ਆਪਣੀ ਆਪਣੀ ਸੀਟਾਂ ਤੇ ਬਿਰਾਜਮਾਨ ਹੋ।
ਸੀਟਾਂ ਸੀਟਾਂ ਤੇ ਬੈਠੋ ਜੀ, ਤੁਸੀਂ ਸੀਟਾਂ ਤੇ ਬੈਠੋ ਜੀ, ਤੁਸੀਂ ਬੈਠੋਗੇ ਬਾਜਵਾ ਸਾਹਿਬ, ਪਲੀਜ਼ ਬੈਠੋ। ਸਪੀਕਰ ਸਾਹਿਬ ਨੇ, ਉਹ ਸਪੀਕਰ ਸਾਹਿਬ ਨੇ ਜਿਹਨੂੰ ਮਰਜ਼ੀ ਲਾਈਨ ਦੇਣ, ਕਸਟੋਡੀਅਨ ਨੇ ਉਹ ਬਾਜਵਾ ਸਾਹਿਬ ਗੱਲ ਮੰਨਦੇ ਨੀ ਨਾ। ਪਹਿਲੇ ਮੁੱਖ ਮੰਤਰੀ ਸਾਹਿਬ ਲੀਡਰ ਆਫ ਦੀ ਹਾਊਸ ਨੇ ਉਹ ਬੋਲ ਸਕਦੇ ਨੇ, ਗੱਡੇ ਮੁੱਖ ਲੀਡ ਮੁੱਖ ਮੰਤਰੀ ਸਾਹਿਬ ਨੇ ਆਪਣੀ ਗੱਲ ਪੂਰੀ ਰੱਖਣ ਦਿਓ। ਲੋਕ ਸਭਾ ਚ ਰਹੇ ਹੋ, ਤੁਹਾਨੂੰ ਪਤਾ ਕਿ ਰਾਜਪਾਲ ਦਾ ਭਾਸ਼ਣ ਡਿਸਟਰਬ ਨਹੀਂ ਕਰੀਦਾ ਹੁੰਦਾ, ਰਾਸ਼ਟਰਪਤੀ ਦਾ ਭਾਸ਼ਣ ਡਿਸਟਰਬ ਨਹੀਂ ਕਰੀਦਾ ਹੁੰਦਾ। ਅੱਜ ਪੜੂੰਗਾ, ਇਹਨੂੰ ਪੜੂੰਗਾ, ਚਲੋ ਐ ਕਰੋ, ਇਹੀ ਡਿਬੇਟ ਕਰਨੀ ਹੈ। ਬੈਠੋ ਬੈਠੋ, ਜਿੱਥੇ ਝੂਠ ਹੋਇਆ ਟੋਕ ਦਿਓ, ਜਿੱਥੇ ਝੂਠ ਹੋਇਆ ਟੋਕ ਦਿਓ। ਹਾਂ, ਠੇਕਾ ਲੈ ਰੱਖਿਆ ਤੁਸੀਂ ਭਾਰਤ ਦੀ ਰਾਜਨੀਤੀ ਦਾ। ਹਾਂ, ਸਮਗਲਰਾਂ ਕੀਤੀਆਂ ਹੋਈਆਂ, ਕਹਿੰਦੇ ਅਸੀਂ ਕਿਹਾ ਜਾ ਮਟੀਰੀਅਲ ਆ ਗਿਆ, ਚੁੱਪ ਕਰ ਜਾਓ। ਹਾਂ ਮੁੱਖ ਮੰਤਰੀ ਸਾਹਿਬ, ਹਾਂ ਬੰਦੇ ਦੇ ਪੁੱਤਰਾਂ ਨੇ ਤੁਸੀਂ ਗੱਲ ਕਰੋ। ਹਾਂ ਮਾਈਂਡ ਯੋਰ ਲੈਂਗੁਏਜ, ਮਾਈਂਡ ਯੋਰ ਲੈਂਗੁਏਜ, ਬੰਦਿਆਂ ਦਾ ਨਾਮ ਵੀ ਲੈ ਦਾਂਗੇ, ਬੰਦਿਆਂ ਦਾ ਨਾਮ ਵੀ ਲੈ ਦਾਂਗੇ, ਮੈਂ ਦੱਸੂਗਾ ਸਾਰਾ ਕੁਝ। ਮੈਂ ਕਰ ਰਿਹਾ ਯਾਰ, ਬੈਠੋ ਬੈਠੋ, ਜਾਣਾ ਨੀ ਹੁਣ, ਜਾਣਾ ਨੀ ਹੁਣ, ਜਾਣਾ ਨੀ, ਬੈਠੋ ਬੈਠੋ ਬੈਠੋ, ਫਿਰ ਬੈਠੋ। ਸਾਰੇ ਮੈਂਬਰ ਸਭਾ ਨੂੰ ਬੇਨਤੀ ਕਰ ਦਾਂਗੇ ਬੈਠਣਗੇ, ਸਾਰੇ ਮੈਂਬਰ ਸਭਾ ਆਪਣੀ ਆਪਣੀ ਸੀਟਾਂ ਤੇ ਬੈਠਣਗੇ, ਸਾਰੇ ਮੈਂਬਰ ਸਭਾ ਆਪਣੀ ਆਪਣੀ ਸੀਟਾਂ ਤੇ ਬੈਠਣਗੇ, ਸਾਰੇ ਮੈਂਬਰ ਸਭਾ ਆਪਣੀ ਆਪਣੀ ਸੀਟਾਂ ਤੇ ਬੈਠਣਗੇ। ਤੁਸੀਂ ਬੈਠੋ, ਸਾਰੇ ਮੈਂਬਰ ਸਭਾ ਬੈਠਣ, ਸਾਰੇ ਮੈਂਬਰ ਸਭਾ ਬੈਠਣ, ਬੈਠੋ ਬੈਠੋ। ਤੁਸੀਂ ਬੈਠੋਗੇ, ਮੈਂ ਗੱਲ ਦੱਸਾਂ, ਮੇਰੀ ਗੱਲ ਸੁਣੋ, ਤੁਸੀਂ ਗਵਰਨਰ ਦਾ ਭਾਸ਼ਣ ਨਹੀਂ ਸੁਣਨਾ, ਡੈਮੋਕ੍ਰੇਸੀ ਆ, ਹੁਣ ਸਪੀਕਰ ਦੀ ਗੱਲ, ਡੈਮੋਕ੍ਰੇਸੀ ਆ, ਤੁਸੀਂ ਰਾਸ਼ਟਰਪਤੀ ਦਾ ਤੇ ਗਵਰਨਰ ਦਾ ਭਾਸ਼ਣ ਡਿਸਟਰਬ ਨਹੀਂ ਕਰ ਸਕਦੇ। ਚੱਕੀ ਆ ਗਿਆ, ਤੁਹਾਨੂੰ ਕਿਸਾਨਾਂ ਦਾ ਹੇਜ ਆ ਗਿਆ, ਸਪੀਕਰ ਸਾਹਿਬ ਇਹਨਾਂ ਦੀ ਮੰਗ ਕੀ ਸੀ ਕਿ ਪਹਿਲਾਂ ਕਿਸਾਨਾਂ ਨੂੰ ਸ਼ੁਭ ਕਰਨ ਨੂੰ, ਪਹਿਲਾਂ ਕਿਸਾਨਾਂ ਨੂੰ ਸ਼ਰਧਾਂਜਲੀ ਦਿਓ। ਸਪੀਕਰ ਸਾਹਿਬ ਨੂੰ ਐਡਰੈਸ ਕਰੋ ਜੀ, ਬੈਠੋ ਜੀ, ਬੈਠੋ ਬੈਠੋ ਬੈਠੋ, ਚੀਮਾ ਸਾਹਿਬ ਬੈਠੋ, ਚੀਮਾ ਸਾਹਿਬ ਬੈਠੋ, ਸੀਐਮ ਸਾਹਿਬ ਚੇਅਰ ਨੂੰ ਐਡਰੈਸ ਕਰੋ ਜੀ, ਬੋਲਦਾ ਕਿਵੇਂ ਬਾਜਵਾ ਜੀ, ਚੇਅਰ ਨੂੰ ਐਡਰੈਸ ਕਰੋ, ਸੀਐਮ ਸਾਹਿਬ ਚੇਅਰ ਨੂੰ ਐਡਰੈਸ ਕਰਨਗੇ, ਸੀਐਮ ਸਾਹਿਬ ਕਰੋ, ਪਤਾ ਜੀ ਕੀ ਕਰਨਗੇ। ਆਹ ਪ੍ਰਧਾਨ ਹੈ ਜਦੋਂ ਮੈਂ ਇੱਥੇ, ਹਾਂ ਹੰਕਾਰ ਹੈ ਸਰ, ਮੈਨੂੰ ਹੰਕਾਰ ਕਹਿੰਦੇ ਨੇ, ਮੈਂ ਇੱਥੇ ਇੱਥੇ ਕੋਈ ਨੀ ਰਿਹਾ। ਹਾਂ ਗੱਲਾਂ ਕਰਦੇ ਹੋ, ਗੱਲਾਂ ਸੋਨੇ ਦੇ ਬਿਸਕੁਟਾਂ ਦੀ ਸਮਗਲਿੰਗ ਤੱਕ ਜਾਣਗੀਆਂ, ਫਿਰ ਅੱਛਾ ਕੀ ਮੀਰ ਬੈਠਾ, ਸਾਡੇ ਮੋਬਾਈਲ ਸਾਨੂੰ ਕਹਿੰਦੇ ਅਸੀਂ ਮਟੀਰੀਅਲ ਆ, ਮੋਬਾਈਲ ਰਿਪੇਅਰ ਕਰਨ ਵਾਲੇ ਆ ਗਏ। ਮੈਂ 150 ਰੁਪਏ ਲੈ ਕੇ ਮੁਹੰਮਦ ਸਦੀਕ ਨਾਲ ਦਿਹਾੜੀ ਤੇ ਜਾਂਦਾ ਸੀ, ਪਤਾ ਲੱਗੂ ਤੁਹਾਨੂੰ, ਮੁੱਖ ਮੰਤਰੀ ਮੈਂ ਤੁਹਾਡੇ ਕੋਲ ਗਿਆ,
ਆਪਣੀਆਂ ਆਪਣੀਆਂ ਸੀਟਾਂ ਤੇ ਬੈਠਣ ਸਾਰੇ ਮਾਨਯੋਗ ਮੈਂਬਰ ਆਪਣੇ ਵਸੀਮ ਸਾਹਿਬ ਇੱਕ ਮਿੰਟ ਮੰਤਰੀ ਜੀ ਬੈਠੋ ਮੰਤਰੀ ਸਾਹਿਬਾਨ ਬੈਠਣ ਚੀਮਾ ਜੀ ਬੈਠੋ ਤੁਸੀਂ ਚੀਮਾ ਜੀ ਬੈਠੋ ਤਾਲਾ ਬਾਹਰੋਂ ਨੀ ਲਾ ਰਹੇ ਅੰਦਰੋਂ ਲਾ ਰਹੇ ਤਾਂ ਕਿ ਤੁਸੀਂ ਜਾਓ ਨਾ ਬੈਠੋ ਤੁਹਾਡੀ ਹਿਸਟਰੀ ਹੈ ਤੁਹਾਡੀ ਹਿਸਟਰੀ ਹੈ ਤੁਸੀਂ ਜਾਣੇ ਹੋ ਰੋਜ਼ ਰੋਜ਼ ਵੱਜਦੇ ਹੋ ਰੋਜ਼ ਵੱਜਦੇ ਤਾਲਾ ਬੈਠੋ ਜੀ ਤਾਲਾ ਅੰਦਰੋਂ ਲੱਗ ਰਿਹਾ ਤਾਂ ਕਿ ਵਿਪਕਸ਼ ਬੈਠਾ ਰਹੇ ਲੋਕਤੰਤਰ ਨੂੰ ਬਚਾਈਏ ਬੈਠੋ 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 ਜੀ ਬੈਠੋ ਬੈਠੋ ਮੰਤਰੀ ਜੀ ਮੰਤਰੀ ਸਾਹਿਬਾਨ ਬੈਠਣਗੇ ਬੈਠੋ ਜੀ ਬੈਠੋ 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 ਤੁਸੀਂ ਬੈਠੋ ਬੈਠੋ ਆਪਣਾ ਸੀਐਮ ਸਾਹਿਬ ਆਪਣੀ ਗੱਲ ਚਾਲੂ ਰੱਖਣਗੇ ਜੀ ਜੀ ਬਿਲਕੁਲ ਸੁਣਨਾ ਸੁਣਨ ਦਾ ਮਾਤਾ ਕਿਸੇ ਕਿਸੇ ਤੂੰ ਸੁਣਨਾ ਸੱਚ ਸਾਰੇ ਨਹੀਂ ਸੁਣ ਸਕਦੇ ਹੁੰਦੇ ਸੱਚ ਸੁਣੋ ਫਿਰ ਕੀ ਤੂੰ ਹਰੇਕ ਨੂੰ ਤੂੰ ਤੂੰ ਕਹਿੰਦੇ ਹੋ ਤੂੰ ਕੀ ਹੁੰਦਾ ਹਰੇਕ ਨੂੰ ਤੂੰ ਤੂੰ ਲਗਾ ਕੇ ਤੁਸੀਂ ਵੱਡੇ ਆ ਗਏ ਤੁਸੀਂ ਖਾਨਦਾਨੀ ਜਾਂਦੇ ਇਹ ਗਰੀਬਾਂ ਦੇ ਘਰਾਂ ਚੋਂ ਆ ਗਏ ਸਭ ਤੂੰ 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 ਆ ਗਿਆ ਸਰ 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 ਤੂੰ ਤੂੰ ਤਾਂ ਬਿਨਾਂ ਗੱਲ ਨੀ ਕਰ ਰਿਹਾ ਕਿਸੇ ਨਾਲ ਉਹ ਤੂੰ ਛੱਡ ਯਾਰ ਤੂੰ ਛੱਡ ਯਾਰ ਜੋ ਕੁਛ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਜੋ ਕੁਛ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਕਿ ਆਪਣੀ ਆਪਣੀ ਸੀਟਾਂ ਤੇ ਬੈਠਣ ਔਰ ਹਾਊਸ ਦੀ ਕਾਰਵਾਈ ਚੱਲੇ ਤੁਹਾਨੂੰ ਤਾਂ ਸਮਝਦੀ ਕੱਖ ਨੀ ਉਹ ਪ੍ਰਧਾਨ ਜੀ ਉਹ ਤੁਹਾਨੂੰ ਤਾਂ ਸਮਝਦੀ ਕੱਖ ਨੀ ਤੁਸੀਂ ਕਿਹਦੇ ਚੱਲੇ ਹੋ ਕਹਿੰਦਾ ਮੈਂ ਇੱਥੇ ਕੌਣ ਹੁੰਦਾ ਪ੍ਰਧਾਨ ਪਹਿਲਾਂ ਆਪਸ ਚ ਬਣਾਓ ਬੈਠੋ ਬੈਠੋ ਲੈਣੇ ਨਾ ਬੈਠੋ ਇਸ ਤੋਂ ਬਾਅਦ ਕਰ ਲੈਣੇ ਜੀ ਕਲਾ ਤੁਸੀਂ ਤੁਸੀਂ ਬਿਲਕੁਲ ਨੀ ਬਹਿੰਦੇ ਨਾ ਬੈਠੋ ਕਲਾਸ ਦੇ ਵਿੱਚ ਨਲਾਇਕ ਬੱਚਿਆਂ ਨੂੰ ਖੜਾ ਕੀਤਾ ਜਾਂਦਾ ਚਲੋ ਬੈਠੋ ਖੜੇ ਰਹੋ ਬੈਠੋ ਜੀ ਬੈਠੋ ਮੈਂ ਸਾਰੇ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਇਹ ਜਿਹੜੀ ਤਾਲੇ ਵਾਲੀ ਗੱਲ ਹੋਈ ਹੈ ਇਹ ਸਿੰਬੋਲਿਕ ਹੈ ਇਹ ਸਿੰਬੋਲਿਕ ਗੱਲ ਕੀਤੀ ਗਈ ਹੈ ਤਾਂ ਕਿ ਦੋਨੇ ਪਕਸ਼ ਔਰ ਵਿਪਕਸ਼ ਬੈਠ ਕੇ ਮੰਤਰਣਾ ਕਰਨ ਡਿਸਕਸ਼ਨ ਕਰਨ ਜਦੋਂ ਆਪਾਂ ਬਾਹਰ ਚਲੇ ਜਾਂਦੇ ਹਾਂ ਠੀਕ ਹੈ ਤੁਹਾਡਾ ਹੱਕ ਹੈ ਪਰ ਡਿਸਕਸ਼ਨ ਤੇ ਕਰਨੀ ਜ਼ਰੂਰੀ ਹੈ ਨਾ ਸਪੀਕਰ ਸਾਹਿਬ ਮਈ ਚ ਲੋਕ ਇਹਨਾਂ ਨੂੰ ਜਿੰਦਾ ਲਾਉਣਗੇ ਇਹ ਯਾਦ ਰੱਖ ਲੈਣ 13-0 ਹੋਊਗਾ ਪੰਜਾਬ ਚੋਂ ਜਿੰਦਾ ਲੱਗੂਗਾ ਇਦੋਂ ਪਹਿਲਾਂ 2022 ਚ ਜਿੰਦਾ ਲੱਗਿਆ ਇਹ ਜਿੰਦੇ ਦੀ ਕੀਮਤ ਨੀ ਸਮਝਦੇ ਇਹ ਜਿੰਦੇ ਦੀ ਕੀਮਤ ਨੀ ਸਮਝਦੇ ਚਾਬੀ ਜਨਤਾ ਦੇ ਹੱਥ ਹੈ ਚਾਬੀ ਜਨਤਾ ਦੇ ਹੱਥ ਹੈ ਮਿਸਟਰ ਬਾਜਵਾ ਤੁਸੀਂ ਪ੍ਰਾਊਡ ਨਾ ਕਰੋ ਤੁਸੀਂ ਹੰਕਾਰ ਕਰਦੇ ਹੋ ਤੁਸੀਂ ਕਹਿੰਦੇ ਹੋ ਸਾਡਾ ਮਟੀਰੀਅਲ ਸਾਡਾ ਪਤਾ ਨੀ ਕੀ ਆਪਾਂ ਹੁਣ ਡਿਸਕਸ਼ਨ ਨੂੰ ਅੱਗੇ ਤੋੜੀਏ ਜੀ ਇਹ ਤੂੰ ਤੂੰ ਤੋਂ ਬਿਨਾਂ ਗੱਲ ਨਹੀਂ ਕਰ ਰਿਹਾ ਬੈਠੋ ਜੀ ਇਹ ਮਟੀਰੀਅਲ ਕਿਹਾ ਜਾ ਗਿਆ ਕਿਹਾ ਜਾ ਮਟੀਰੀਅਲ ਆ ਗਿਆ ਯਾਰ ਲੀਡਰ ਆਫ ਦਾ ਹਾਊਸ ਨੂੰ ਬੇਨਤੀ ਹੈ ਕਿ ਬੈਠਣ ਸਾਰੇ ਸਾਥੀ ਮੰਤਰੀ ਜੀ ਬੈਠੋ ਚੀਮਾ ਜੀ ਬੈਠੋ ਬੈਠੋ ਜੀ ਚੇਤਨ ਜੀ ਆਪਣੀ ਸੀਟ ਤੇ ਜਾਓ ਚੇਤਨ ਜੀ ਆਪਣੀ ਸੀਟ ਤੇ ਜਾਓ ਵੱਡਾ ਦਿਲ ਕਰਕੇ ਤੁਹਾਨੂੰ ਬਿਠਾਉਣਾ ਚਾਹੁੰਦਾ ਇੱਥੇ ਤੁਸੀਂ ਬਾਈਕਾਟ ਕਰ ਜਾਂਦੇ ਹੋ ਮੈਂ ਕੱਲਾ ਬੋਲੀ ਜਾਂਦਾ ਰਹਿੰਦਾ ਖਾਲੀ ਕੁਰਸੀਆਂ ਮੂਹਰੇ ਮੈਂ ਜਿੰਦਾ ਅੰਦਰੋਂ ਲਾ ਰਿਹਾ ਬਾਹਰੋਂ ਨੀ ਅੰਦਰੋਂ ਲਾ ਰਿਹਾ ਜਾ ਕੇ ਤੁਹਾਨੂੰ ਲੋਕਾਂ ਨੇ ਇਸ ਕਰਕੇ ਨੀ ਭੇਜਿਆ ਕਿ ਮੁਰਦਾਬਾਦ ਦੇ ਨਾਰੇ ਲਾ ਕੇ ਬਾਹਰ ਚਲੇ ਜਾਓ ਇੱਥੇ ਬਹਿ ਕੇ ਸੁਣੋ 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 ਚੇਅਰ ਨੂੰ ਐਡਰੈਸ ਕਰੋ ਜੀ ਚੇਅਰ ਨੂੰ ਐਡਰੈਸ ਕਰੋ ਚੇਅਰ ਨੂੰ ਐਡਰੈਸ ਕਰੋ ਬੈਠੋ ਜੀ ਬੈਠੋ ਬੈਠੋ ਜੀ ਬੈਠੋ ਬੈਠੋ
ਮੈਂ ਮਾਣਯੋਗ ਮੰਤਰੀ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਬੈਠਣ। ਸਾਰੇ ਮਾਣਯੋਗ ਵਿਧਾਇਕ ਸਾਹਿਬਾਨ ਨੂੰ ਬੇਨਤੀ ਹੈ ਕਿ ਬੈਠੋ। ਅਮਨ ਜੀ ਬੈਠੋ ਆਪਣੀ ਜਗ੍ਹਾ ਤੇ, ਆਪਣੀ ਜਗ੍ਹਾ ਤੇ ਬੈਠੋ ਜੀ, ਆਪਾਂ ਡਿਸਕਸ਼ਨ ਕਰ। ਕੋਈ ਵੀ ਫਲੋਰ ਨਹੀਂ ਕਰੋਸ ਕਰੇਗਾ। ਬੈਠੋ ਜੀ, ਬੈਠੋ ਜੀ, ਬੈਠੋ ਜੀ, ਬੈਠੋ। ਪ੍ਰੈਰੋਗੇਟਿਵ ਹੈ, ਹਾਊਸ ਹਾਊਸ ਦਾ ਫੈਸਲਾ ਲਿਆ। ਪਹਿਲਾਂ ਜ਼ੀਰੋ ਲੈ ਲੈਣ, ਉਹ ਪਹਿਲਾਂ ਬਿਜ਼ਨਸ, ਪਹਿਲਾਂ ਕੁਐਸਚਨ ਲੈ ਲੈਣ, ਪਹਿਲਾਂ ਡਿਬੇਟ ਲੈਣ। ਇਹ ਉਹਨਾਂ ਦਾ, ਇਹ ਉਹਨਾਂ ਦਾ ਪ੍ਰੈਰੋਗੇਟਿਵ ਹੈ ਨਾ, ਇਹ ਉਹਨਾਂ ਦਾ ਪ੍ਰੈਰੋਗੇਟਿਵ ਸਾਹਿਬ ਚੇਅਰ ਤੋਂ ਅਡਰੈਸ ਕੀਤਾ ਜਾਵੇ। ਸੀਐਮ ਸਾਹਿਬ ਚੇਅਰ ਤੋਂ ਅਡਰੈਸ ਕਰਨਗੇ। ਸੀਐਮ ਸਾਹਿਬ ਅਡਰੈਸ ਕਰਨਗੇ। ਬੀਜੇਪੀ ਕਿੱਥੇ? ਬੀਜੇਪੀ ਹੈ ਨੀ ਸੀਐਮ ਸਾਹਿਬ। ਉਹ ਤੁਹਾਡੇ ਵਾਲੇ ਸਾਰੇ, ਉਹ ਜਿੰਨਾ ਦੇ ਤੁਸੀਂ ਹੋਮ ਮਿਨਿਸਟਰ ਸੀ, ਉਹ ਬੀਜੇਪੀ ਚ ਚਲੇ ਗਏ। ਮਾਨਯੋਗ ਮੁੱਖ ਮੰਤਰੀ ਸਾਹਿਬ ਚੇਅਰ ਨੂੰ ਅਡਰੈਸ ਕਰੋ ਜੀ। ਸ਼ਾਬਾਸ਼, ਸੁਨੀਲ ਜਾਖੜ ਤੁਹਾਡਾ ਪ੍ਰਧਾਨ ਬੀਜੇਪੀ ਚਲਾ ਗਿਆ। ਤੁਸੀਂ ਰਹਿਣ ਦੋ, ਮੁੜ ਜਾਓ, ਮੁੜ ਜਾਓ, ਟਾਈਮ ਹੈ, ਮੁੜ ਜਾਓ। ਮੁੱਖ ਮੰਤਰੀ ਮੁੱਖ ਮੰਤਰੀ ਸਾਹਿਬ ਸਾਰੇ ਮਾਣਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕੀਤੀ ਜਾਂਦੀ ਹੈ। 70% ਕਾਂਗਰਸ ਬੀਜੇਪੀ ਚਲੀ ਗਈ, ਰਹਿਣ ਦੋ, ਟਕੇ ਰਹੋ, ਟਕੇ ਰਹੋ। ਬੈਠੋ ਸਾਰੇ ਮਾਣਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਕਿ ਉਹ ਬੈਠਣ, ਆਪਣੀ ਆਪਣੀ ਜਗ੍ਹਾ ਤੇ ਬੈਠਣ। ਬੈਠੋ, ਬੈਠੋ, ਬੈਠੋ ਜੀ, ਬੈਠੋ, ਡਾਕਟਰ ਸਾਹਿਬ ਬੈਠੋ, ਰਾਜਾ ਜੀ ਬੈਠੋ, ਅਮਨ ਜੀ ਬੈਠੋ, ਬੈਠੋ ਜੀ, ਬੈਠੋ ਜੀ, ਬੈਠੋ, ਬੈਠੋ। ਕੋਈ ਵੀ ਮੈਂਬਰ, ਮੈਂ ਬੈਠੋ, ਤੁਸੀਂ ਬੈਠੋ ਜੀ। ਮੁੱਖ ਮੰਤਰੀ ਸਾਹਿਬ ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਜੀ, ਗੱਲ ਕੰਟੀਨਿਊ ਕਰੋ। ਧੰਨਵਾਦ ਤੇ ਬਹੁਤ ਬਹੁਤ ਮਿਹਰਬਾਨੀ ਸਪੀਕਰ ਸਾਹਿਬ। ਅੱਜ ਜੋ ਰਾਜਪਾਲ ਸਾਹਿਬ ਦਾ ਭਾਸ਼ਣ, ਜਿਹਨੂੰ ਕੇ ਪੂਰਾ ਨਹੀਂ ਹੋਣ ਦਿੱਤਾ ਗਿਆ, ਕਿਉਂਕਿ ਉਹਦੇ ਵਿੱਚ ਬਹੁਤ ਜ਼ਿਆਦਾ ਸੱਚ ਲਿਖਿਆ ਹੋਇਆ। ਇੱਕ ਮਿੰਟ ਮੁੱਖ ਮੰਤਰੀ ਸਾਹਿਬ, ਇੱਕ ਮਿੰਟ, ਮੈਂ ਬਾਜਵਾ ਸਾਹਿਬ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ। ਇਹ ਹਾਊਸ ਦੀ ਰੈਜੂਲੇਸ਼ਨ ਨਾਲ ਹੋਇਆ, ਸੋ ਇਹ ਡਿਸਕਸ਼ਨ ਪਹਿਲਾਂ ਹੋਏਗਾ, ਇਹ ਰੈਜੂਲੇਸ਼ਨ ਹੋਇਆ ਜੀ। ਉਦੋਂ ਤੁਸੀਂ ਆਏ ਨਹੀਂ ਸੀ, ਉਦੋਂ ਤੁਸੀਂ ਆਏ ਨਹੀਂ ਸੀ, ਧਿਆਨ ਨਹੀਂ ਦਿੱਤਾ। ਉਦੋਂ ਤੁਸੀਂ ਆਏ ਨਹੀਂ, ਧਿਆਨ ਦਿਆ ਕਰੋ, ਤੁਸੀਂ ਧਿਆਨ ਦਿਆ ਕਰੋ। ਕਿੱਥੇ ਮੁੱਖ ਮੰਤਰੀ ਸਾਹਿਬ? ਮੁੱਖ ਮੰਤਰੀ ਸਾਹਿਬ ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਜੀ। ਜੀ ਮੈਂ ਬੋਲਾਂ ਜੀ ਜੀ, ਪਲੀਜ਼ ਪਲੀਜ਼ ਕੰਟੀਨਿਊ ਕਰੋ ਤੁਸੀਂ ਇਹਨੇ ਗੱਲ। ਸਪੀਕਰ ਸਾਹਿਬ, ਕੁਐਸਚਨ ਆਵਰ ਤੇ ਜ਼ੀਰੋ ਆਵਰ ਲੈਣਾ ਤੁਹਾਡਾ ਪੈਰੋਗੇਟਿਵ ਹੈ। ਤੁਸੀਂ ਘੰਟੇ ਬਾਅਦ ਲੈ ਲਿਓ, ਤੁਸੀਂ 2 ਘੰਟਿਆਂ ਬਾਅਦ ਕੁਐਸਚਨ ਆਵਰ ਕਰ ਲਿਓ, ਜ਼ੀਰੋ ਕਰ ਲਿਓ। ਜੇ ਤੁਸੀਂ ਅੱਜ ਇਸ ਗੱਲ ਤੋਂ ਸ਼ੁਰੂ ਕਰਨਾ ਚਾਹੁੰਦੇ ਹੋ ਕਿ ਰਾਜਪਾਲ ਦੇ ਭਾਸ਼ਣ ਤੇ ਡਿਬੇਟ ਸ਼ੁਰੂ ਹੋਵੇ, ਤਾਂ ਇਹਨਾਂ ਨੂੰ ਵੀ ਤਾਂ ਟਾਈਮ ਮਿਲੂਗਾ, ਇਹਨਾਂ ਨੂੰ ਵੀ ਤਾਂ ਟਾਈਮ ਮਿਲੂਗਾ ਰਾਜਪਾਲ ਦੇ ਭਾਸ਼ਣ ਬਾਰੇ। ਜੋ ਮਰਜ਼ੀ ਬੋਲ ਲਿਓ, ਬੋਲੋ, ਕਿਉਂਕਿ ਉਦੋਂ ਤੱਕ ਇਹਨਾਂ ਨੇ ਚਲੇ ਜਾਣਾ। ਇਹ ਇੰਨੀ ਦੇਰ ਬੈਠਣ ਵਾਲੇ ਹੈ ਨੀ, ਇਹ ਬਿਨਾਂ ਸੱਤਾ ਤੋਂ ਬੈਠ ਨਹੀਂ ਸਕਦੇ। ਇਹਨਾਂ ਨੂੰ ਟੀਵੀ ਤੇ ਆਉਣ ਦਾ ਚਾਹ ਹੈ, ਬਾਹਰ ਜਾਣਾ ਇਹਨਾਂ ਨੇ। ਹੁਣ ਬਾਹਰ ਵਾਸਤੇ ਮੈਂ ਜਿੰਦਾ ਗਿਫਟ ਕਰਤਾ, ਹੁਣ ਬਾਹਰ ਵੀ ਨਹੀਂ ਜਾ ਸਕਦੇ। ਤੇ ਮੈਨੂੰ ਵੀ ਸ਼ੌਕ ਹੈ ਨੀ,
ਮੈਂ 17.5 ਸਾਲ ਦਾ ਮਸ਼ਹੂਰ ਹੋ ਗਿਆ ਸੀ, ਮੈਨੂੰ ਕਿਸੇ ਟੀਵੀ ਤੇ ਆਉਣ ਦਾ ਸ਼ੌਕ ਹੈ ਨਹੀਂ। ਤੁਹਾਡੇ ਬੇਟੇ ਨੂੰ ਸ਼ੌਕ ਹੈ ਕਿ ਮੈਨੂੰ ਫਿਲਮਾਂ ਦਾ ਹੀਰੋ ਬਣਾ ਦਿਓ, ਨਹੀਂ ਬਣਾ ਸਕਦੇ ਤੁਸੀਂ। ਜੇ ਪੈਸੇ ਦੀ ਖੇਡ ਹੁੰਦੀ ਨਾ ਕਲਾ, ਤੁਸੀਂ ਮੈਨੂੰ ਕਹਿਣਾ ਮੈਂ 150 ਰੁਪਇਆ ਲੈਂਦਾ ਸੀ ਮੁਹੰਮਦ ਸਦੀਕ ਤੋਂ, ਮੈਂ ਲੈਂਦਾ ਸੀ, ਮੈਂ ਕਲਾ ਕਰਕੇ ਮਸ਼ਹੂਰ ਹੋਇਆ। ਤੁਹਾਡਾ ਬੇਟਾ ਕਿੰਨੇ ਸਾਲਾਂ ਤੋਂ ਕਹੀ ਜਾਂਦਾ ਪਾਪਾ ਮੇਰੇ ਵਾਸਤੇ ਫਿਲਮ ਬਣਾ ਦਿਓ, ਮੈਨੂੰ ਕੋਈ ਪ੍ਰੋਡਿਊਸਰ ਹੀਰੋ ਨਹੀਂ ਲੈਂਦਾ। ਇਹ ਪੈਸੇ ਦੀ ਖੇਡ ਨਹੀਂ ਹੁੰਦੀ, ਇਹ ਪੈਸੇ ਦੀ ਖੇਡ ਨਹੀਂ ਹੁੰਦੀ ਕਲਾ, ਇਹ ਜਿਹੜੀ ਆਰਟ ਹੈ ਨਾ ਕਲਾ, ਇਹ ਬਹੁਤ ਵੱਡੀ ਗੱਲ ਹੈ। ਹਾਂ ਹਾਂ, ਤੇ ਤੁਸੀਂ ਮੈਨੂੰ ਕਹਿ ਰਹੇ ਹੋ ਇਹ 600 ਰੁਪਇਆ ਦਿਹਾੜੀ ਲੈਂਦਾ ਸੀ, ਇਹ ਜਬੜੀਆਂ ਮਾਰਦਾ ਸੀ, ਤੇ ਤੁਸੀਂ ਉਹੀ ਤੁਹਾਡਾ ਐਮ ਪੀ ਆ ਹੋ। ਸਪੀਕਰ ਸਾਹਿਬ ਤੁਸੀਂ ਚੇਅਰ ਨੂੰ, ਜੀ ਜੀ ਤੁਸੀਂ ਬੈਠੋ ਜੀ। ਸਰ ਲੀਡਰ ਆਫ ਦਾ ਹਾਊਸ ਜਦੋਂ ਮਰਜ਼ੀ ਬੋਲ ਸਕਦਾ, ਜਦੋਂ ਮਰਜ਼ੀ ਬੋਲ ਸਕਦਾ, ਲੀਡਰ ਆਫ ਦਾ ਹਾਊਸ ਜਦੋਂ ਮਰਜ਼ੀ ਬੋਲ ਸਕਦਾ। ਜੀ ਮੁੱਖ ਮੰਤਰੀ ਸਾਹਿਬ ਤੁਸੀਂ ਕੰਟੀਨਿਊ ਕਰੋ ਜੀ, ਮੁੱਖ ਮੰਤਰੀ ਸਾਹਿਬ ਕੰਟੀਨਿਊ ਕਰੋ ਜੀ। ਮਿਸਟਰ ਬਾਜਵਾ, ਓ ਮਿਸਟਰ ਬਾਜਵਾ, ਹੈਲੋ ਮੁੱਖ ਮੰਤਰੀ ਠਾਕਰ ਇੱਧਰ, ਪੌਣੇ 2 ਵਜੇ ਅਰਲੀ ਮਾਰਨਿੰਗ ਮੈਂ ਕਿਸਾਨਾਂ ਦੇ ਨਾਲ ਬਹਿ ਕੇ ਸਰਕਾਰ ਦੀਆਂ ਮੀਟਿੰਗਾਂ ਕਰਾਉਂਦੇ ਰਹੇ ਹਾਂ। ਤੁਸੀਂ ਕਹਿੰਦੇ ਸੀ ਇਹ 8 ਵਜੇ ਤੋਂ ਬਾਅਦ ਇਹ ਮਿਲਦਾ ਨਹੀਂ, 2:45 ਤੁਸੀਂ ਕਿੱਥੇ ਸੀ? ਤੁਸੀਂ ਡਾਇਰੈਕਟ ਕਿਉਂ ਨਹੀਂ ਕੀਤਾ? ਤੁਸੀਂ ਸਵੇਰੇ 11 ਵਜੇ ਉੱਠੇ, ਐਡਰੈਸ ਕੀਤਾ ਜਾਵੇ। ਤੁਹਾਨੂੰ ਕੀ ਪਤਾ ਗਰੀਬ ਕੀ ਹੁੰਦਾ, ਤੁਹਾਨੂੰ ਕੀ ਪਤਾ ਗਰੀਬੀ ਕੀ ਹੁੰਦੀ? ਐਡਰੈਸ ਕੀਤਾ ਜਾਵੇ ਅੱਜ ਫੁੱਟ ਪਵਾਉਣ ਵਾਲਾ ਇਹ ਬੰਦਾ ਫਰੈਂਡ, ਅੱਜ ਕਿਸਾਨ ਯਾਦ ਆ ਗਏ। ਉਦੋਂ ਕੈਪਟਨ ਦੇ ਘਰੇ ਜਾ ਕੇ ਤੜਕੇ ਲਾਉਂਦੇ ਸੀ ਮੱਟਨ ਨੂੰ, ਉਹਦਾ ਕਿਸਾਨਾਂ ਨੂੰ ਚਿੱਠੀ ਲਿਖੀ ਨੀ ਕੋਈ? 726 ਮਰਵਾਲੇ, 726 ਮਾਰੇ, ਸ਼ਰਧਾਂਜਲੀ ਦਿੱਤੀ ਜੋ 726 ਮਰੇ ਸੀ, ਲੈ ਕਿਉਂ ਨੀ ਦਿੱਤੀ? ਕੱਲੇ ਕੱਲੇ ਮੁੱਖ ਮੰਤਰੀ ਸਾਹਿਬ ਫਲੋਰ ਕ੍ਰੋਸ ਨਹੀਂ ਕਰੇਗੇ, ਬਾਈ ਨੇਮ ਦਿੱਤੀ। ਹਾਂਜੀ, ਦਿਸ ਇਜ਼ ਅ ਸੀਐਮ, ਦਿਸ ਇਜ਼ ਅ ਸੀਐਮ, ਇਹ ਲੋਕਾਂ ਦਾ ਸੀਐਮ ਹੈ ਜਨਾਬ। ਤੁਹਾਡਾ ਪ੍ਰੋਟੋਕਾਲ, ਤੁਸੀਂ ਪ੍ਰੋਟੋਕਾਲਾਂ ਚੋਂ ਬਾਹਰ ਨਹੀਂ ਨਿਕਲਦੇ, ਲੈ ਕੇ 1.25 ਲੱਖ ਦੇ ਸ਼ਾਲ ਤੁਰੇ ਫਿਰਦੇ ਹੋ ਤੁਸੀਂ, ਕੁਰਸੀ ਨਹੀਂ ਮਿਲਣੀ। ਆਪਣਾ ਸਾਰੇ ਮਾਣਯੋਗ ਸਾਥੀ ਬੈਠਣਗੇ, ਸਾਰੇ ਮਾਣਯੋਗ ਸਾਥੀ ਬੈਠਣਗੇ, ਸੋ ਬਹਿਸ ਦਾ ਬਹਿਸ ਦਾ ਸਮਾਂ ਮੇਰੇ ਕੋਲੇ ਆਇਆ। ਇਹਦੇ ਵਿਚ ਪਾਰਟੀਆਂ ਦੀ ਇੱਕ ਮਿੰਟ ਅਨਾਊਂਸਮੈਂਟ ਸੁਣ ਲਓ ਜੀ, ਅਨਾਊਂਸਮੈਂਟ ਸੁਣ ਲਓ, ਅਨਾਊਂਸਮੈਂਟ ਰਾਹੁਲ ਗਾਂਧੀ ਕੀ ਨਾਮ ਪਹਿਲਾ, ਰਾਹੁਲ ਗਾਂਧੀ ਕੀ ਨਾਮ ਪਹਿਲਾ, ਮੈਂ ਸੋਨੀਆ ਗਾਂਧੀ, ਰਾਹੁਲ ਗਾਂਧੀ ਨੇ ਬੈਠੇ ਕਹਿੰਦੇ ਕਹਿਣਾ ਮਰਵਾਉਣ ਵਾਲੇ ਤੇ ਸਾਡੇ ਸਮਝੌਤੇ ਕਰਦੇ, ਇੱਕ ਪਾਸੇ ਤਾਂ ਸਮਝੌਤੇ ਕਰ, ਕਹਿ ਉਹਨਾਂ ਨੂੰ ਕੋਈ ਕੁਰੂਕਸ਼ੇਤਰ ਵੀ ਨਾ ਦੇਣ, ਮੁੱਖ ਮੰਤਰੀ ਸਾਹਿਬ ਗੁਜਰਾਤ ਚ ਵੀ ਨਾ ਛੱਡਣ, ਕਹਿ ਫਿਰ ਜਦਰੀ ਨਹੀਂ ਚੱਲਦੀ ਹੈ ਸਾਰੇ ਮਾਣਯੋਗ ਵਿਧਾਇਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੀ ਆਪਣੀ ਜਗ੍ਹਾ ਤੇ ਬੈਠਣ। ਕਿਉਂ
ਸਦਨ 15 ਮਿੰਟ ਦੇ ਲਈ ਸਥਗਿਤ ਕੀਤਾ ਜਾਂਦਾ ਹੈ।